ਜੋ ਸਟੱਡੀ ਪੂਰੀ ਹੋ ਗਈ ਦੇਖਿਆ ਘਰ ਦੇ ਹਾਲਾਤ ਮਾੜੇ ਹੋ ਗਏ ਆ ਵੀ ਹੁਣ ਇਦਾਂ ਆ ਵੀ ਕਰਕੇ ਹੀ ਦਿਖਾਣਾ ਚਾ ਕਰਨਾ ਆ ਬਸ ਕਰਨਾ ਹੀ ਆ ਮਰਨ ਦਾ ਤਾਂ ਸੋਚਣਾ ਹੀ ਨਹੀਂ ਉਹੀ ਜਿਹੜੀ ਜਿੰਦ ਜਾਨ ਮਰਨ ਨੂੰ ਲਾਣੀ ਉਹੀ ਕੰਮ ਕਰਨ ਨੂੰ ਮੈਂ ਲਾਤੀ ਇਹ ਨਹੀਂ ਕਿ ਮੈਂ ਕਾਰਪੋਰੇਸ਼ਨ ਨੂੰ ਹੀ ਏਹੀ ਸੀਗਾ ਕਿ ਮੈਨੂੰ ਜੋਬ ਹੀ ਮਿਲੇ ਮੈਂ ਪਾਰਲਰ ਦਾ ਕੰਮ ਵੀ ਕਰਦੀ ਸੀ ਕੈਂਪ ਲਾਂਦੀ ਸੀ ਮਹਿੰਦੀ ਲਗਾਣੀ ਡਿਜ਼ਾਈਨ ਬਣਾਣੇ ਹੱਥਾਂ ਤੇ ਮੇਰੀ ਕਮਾਈ ਹੋ ਜਾਂਦੀ ਸੀ ਮੈਂ ਜਦੋਂ ਕੈਂਪ ਲਈ ਕੋਈ ਜਗ੍ਹਾ ਜਾਣੀ ਸੀ ਮੈਂ ਮੰਗਦੀ ਸੀ ਮੈਨੂੰ ਇਹ ਚਾਹੀਦੀ ਦੇ ਦਿੰਦੇ ਹੁੰਦੇ ਸੀ ਫੇਰ ਮੈਂ ਉੱਥੇ ਮਹਿੰਦੀ ਲਾਣੀ ਰਾਤ ਨੂੰ 1 ਵਜੇ 2 ਵਜੇ ਆਣਾ کافی ਪੈਸੇ ਉਸ ਟਾਈਮ ਕਮਾ ਲੈਂਦੀ ਕਿਸੇ ਟਾਈਮ ਤਾਂ ਮੇਰਾ 7-8000 ਇੱਕ ਦਿਨ ਦਾ ਹੀ ਹੁੰਦਾ ਸੀ ਅੱਛਾ ਇੱਕ ਦਿਨ ਦਾ ਹੀ ਮੇਰਾ ਇਹ ਹੁੰਦਾ ਸੀ ਬਾਕੀ ਮੇਰੇ ਘਰ ਆ ਜਾਂਦੇ ਆ ਜਿੱਦਾਂ ਕਈਆਂ ਨੂੰ ਪਸੰਦ ਆ ਤਾਂ ਉਹਨਾਂ ਨੇ ਘਰੇ ਆ ਕੇ ਮਤਲਬ ਕੰਮ ਕਰਵਾ ਲੈਣਾ ਅੱਛਾ ਇਹ ਸੀਗੀ ਚਾਹ ਤਾਂ ਸੀਗੀ ਮੈਂ ਬ੍ਰਾਈਡਲ ਤਿਆਰ ਕਰਨਾ ਮੈਂ ਪਾਰਲਰ ਦਾ ਕੰਮ ਲੇਕਿਨ ਮੈਨੇ ਜਦੋਂ ਇਹ ਮਿਲ ਗਈ ਸੀ ਕਾਰਪੋਰੇਸ਼ਨ ਚ ਫਿਰ ਮੈਂ ਮਤਲਬ ਸਿੱਖਿਆ ਨਹੀਂ ਕੋਰਸ ਨਹੀਂ ਕੀਤਾ ਕੋਰਸ ਨਹੀਂ ਕੀਤਾ ਪਰ ਵੈਸੇ ਤੁਸੀਂ ਕਰ ਲੈਂਦੇ ਹੋ ਸਾਰਾ ਨਹੀਂ ਮੈਂ ਸਾਰਾ ਜੀ ਕੋਰਸ ਨਹੀਂ ਕੀਤਾ ਆ ਕੰਮ ਮੈਂ ਪਾਰਲਰ ਦਾ ਕਰ ਲੈਂਦੀ ਸਰ ਤੇ ਜਦੋਂ ਤੁਸੀਂ ਆਪਣੀ ਪੜ੍ਹਾਈ ਕਰਦੇ ਪਏ ਸੀਗੇ ਤਾਂ ਉਸ ਦੌਰਾਨ ਕਿੰਨੀਆਂ ਕੋ ਮੁਸ਼ਕਿਲਾਂ ਤੁਹਾਨੂੰ ਆਈਆਂ ਨੇ ਮਿਲਕੀ ਕਿਉਂਕਿ ਕਈ ਵਾਰ ਬੰਦੇ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਵੀ ਆ ਜਾਂਦੀਆਂ ਨੇ ਹਨਾ ਕਈ ਵਾਰ ਜਦੋਂ ਆਪਾਂ ਸਕੂਲ ਜਾਂਦੇ ਆ ਉੱਥੇ ਵੀ ਕਿਉਂਕਿ ਮੈਂ ਕਈ ਅਜਿਹੇ ਬੱਚਿਆਂ ਨੂੰ ਜਾਣਦੀ ਆ ਜੋ ਆਟਿਸਟਿਕ ਹੁੰਦੇ ਨੇ ਮੈਂਟਲੀ ਤੌਰ ਤੇ ਤਾਂ ਉਹਨਾਂ ਨੂੰ ਸਕੂਲ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੇ ਫਰੈਂਡਸ ਨਹੀਂ ਬਣਦੇ ਹੈਗੇ ਜਾਂ ਫਿਰ ਟੀਚਰਜ਼ ਉਹਨਾਂ ਦੇ ਉੱਪਰ ਕੁਝ ਖਾਸ ਧਿਆਨ ਨਹੀਂ ਦਿੰਦੇ ਹੈ ਕਿ ਜੋ ਕਿ ਦੇਣ ਦੀ ਜ਼ਰੂਰਤ ਹੁੰਦੀ ਹੈ ਤੁਹਾਨੂੰ ਵੀ ਇਦਾਂ ਦੀਆਂ ਔਕੜਾਂ ਆਈਆਂ ਨੇ ਨਹੀਂ ਮੈਨੂੰ ਇਦਾਂ ਦੀ ਕੋਈ ਔਕੜ ਨਹੀਂ ਆਈ ਮੇਨਾ ਫਰੈਂਡਸ ਬਹੁਤ ਵਧੀਆ ਰਹਿੰਦੇ ਸੀ ਉਹਨਾਂ ਨੇ ਦੇਖ ਉਹਦੀ ਪਹਿਲੀ ਗੱਲ ਤਾਂ ਮੈਨੂੰ ਦੇਖਦੇ ਸੀ ਕਿਦਾਂ ਆ ਰਹੀ ਆ ਬੈਂਚ ਤੇ ਬੈਠ ਗਈ ਆ ਆਪਣੀ ਬੁੱਕਸ ਖੋਲੀ ਆ ਪੜਨ ਲੱਗੀ ਆ ਇਹ ਨਹੀਂ ਕਿ ਇਦਾਂ ਜਿਦਾ ਹੁਣ ਹੈਂਡੀਕੈਪਟ ਮੈਂ ਤੁਹਾਨੂੰ ਦੱਸਦੀ ਆ ਜ਼ਿਆਦਾਤਰ ਬੱਚਿਆਂ ਨੂੰ ਅੱਤ ਹੁੰਦੀ ਆ ਵੀ ਅਸੀਂ ਇਕੱਲੇ ਲਈ ਇਕੱਲੇ ਹੀ ਰਹੀਏ ਸਾਨੂੰ ਏਦਾਂ ਹੁੰਦੀ ਆਤ ਕਿ ਅਸੀਂ ਕਿਸੇ ਨਾਲ ਗੱਲ ਨ ਕਰੀਏ ਸਾਨੂੰ ਕੋਈ ਕੁਝ ਕਹਿ ਦੇਗਾ ਸਾਨੂੰ ਅਸੀਂ ਗੁੱਸੇ 'ਚ ਹੋ ਜਾਾਂਗੇ ਤਾਂ ਅਸੀਂ ਕੁਝ ਕਹਿ ਦਾਂਗੇ ਸਾਨੂੰ ਹੀ ਨਹੀਂ ਬਾਤ ਚ ਚੰਗਾ ਲੱਗਣਾ ਇਹ ਸਾਡੇ ਬੱਚਿਆਂ ਵਿੱਚ ਮੈਨੂੰ ਪਤਾ ਹੈਗੀ ਆਦਤ ਕਿਉਂਕਿ ਮੈਂ ਹੁਣਾਂ ਚ ਰਹੀ ਆ ਬੈਠੀ ਆ ਤਾਂ ਜਦੋਂ ਗੱਲ ਕਰਦੇ ਸੀਗੇ ਸਾਡੇ ਮੇਰੇ ਵਰਗੇ ਬੱਚੇ ਜਲਦੀ ਫਰੈਂਡ ਨਹੀਂ ਬਣਾਉਂਦੇ ਉਹਨਾਂ ਨੂੰ ਪਤਾ ਹੁੰਦਾ ਕਿਤੇ ਨਾ ਕਿਤੇ ਅਸੀਂ ਟੁੱਟ ਜਾਨਾ ਇਹਦੇ ਨਾਲ ਉਹ ਅਸੀਂ ਬਣਾਈ ਹੀ ਨਾ ਤਾਂ ਮੇਰੀ ਨਹੀਂ ਸੀ ਆਤ ਹੁੰਦੀ ਮੈਂ ਬਣਾ ਲੈਂਦੀ ਸੀ ਦੋਸਤ ਅਗਰ ਕੋਈ ਦੋਸਤੀ ਕਰਨਾ ਚਾਹੁੰਦਾ ਸੀ ਤਾਂ ਮੈਂ ਸਪੈਸ਼ਲੀ ਹੱਥ ਅੱਗੇ ਕਰਦੀ ਹੁੰਦੀ ਸੀ ਕਿ ਹਾਂ ਤੇ ਬਾਕੀ ਜਦੋਂ ਮੈਨੂੰ ਉੱਖਾਪਣ ਕੋਈ ਦੇਖਣਾ ਜਿੰਦਾ ਮੀ ਪੈ ਗਏ ਆ بارش ਹੋ ਗਈ ਬਹੁਤ ਜਿਆਦਾ ਚਿੱਕੜ ਹੋ ਗਿਆ ਬਈ ਹੁਣ ਮੈਂ ਕਿੱਦਾਂ ਘਰ ਜਾਣਾ ਦੇਖਣਾ ਸਾਰੇ ਜਾਂਦੇ ਆ ਮੇਰਾ ਉੱਖਾ ਮੈਂ ਘਰਦਿਆਂ ਨੂੰ ਫੋਨ ਕਰਨਾ ਫੇ ਕਿ ਮੈਨੂੰ ਲੈਣ ਆਜੋ ਤੇ ਇਹਨਾਂ ਕੋ ਜੇ ਟਾਈਮ ਹੈਗਾ ਤਾਂ ਲੈ ਜਾਂਦੇ ਸੀਗੇ ਮੈਨੂੰ ਜੇ ਨਹੀਂ ਹੁੰਦਾ ਸੀ ਤਾਂ ਇਹਨਾਂ ਨੂੰ ਕਹਣਾ ਰੁਕ ਜਾ ਵੇਟ ਕਰ ਲਾ ਅਸੀਂ ਆਨੇ ਆ ਮੈਂ ਫੇ ਬੈਠੀ ਰਹਿੰਦੀ ਸਕੂਲ ਬੰਦ ਹੋਣ ਦਾ ਟਾਈਮ ਹੁੰਦਾ ਸੀਗਾ ਬੈਠੀ ਰਣੀ ਸੀਗੀ ਕਦੋਂ ਮੇਰੇ ਮਾਪੇ ਕੰਮ ਤੋਂ ਆਣਗੇ ਜਾਂ ਕਿਸੇ ਨੇ ਮੇਰੇ ਭਰਾ ਨੂੰ ਭੇਜਣਗੇ ਫਿਰ ਆ ਜਾਂਦਾ ਸੀ ਫਿਰ ਮੇਰਾ ਭਰਾ ਕਿੱਦਾਂ ਲੈਣ ਮੈਨੂੰ ਤੇ ਜੇ ਘਰ ਨਹੀਂ ਆਂਦਾ ਸੀ ਫਿਰ ਮੇਰੀ ਛੋਟੀ ਭੈਣ ਬੜਾ ਔਖਾ ਮੈਨੂੰ ਲੈ ਕੇ ਆਂਦੀ ਹੁੰਦੀ ਸੀ। ਅੱਛਾ। ਹੂੰ ਉਹ ਲੈ ਜਾਂਦੀ ਸੀ ਵੀਲ ਚੇਅਰ ਹੁੰਦੀ ਸੀ ਉਸ ਟਾਈਮ। ਹੂੰ। ਲੈ ਜਾਂਦੀ ਸੀ ਮੀਂਹ ਬਾਰਿਸ਼ ਜਦੋਂ ਪੈ ਨਹੀਂ ਉਦੋਂ ਔਖੇ ਨੇ ਲੇਕਿਨ ਟੀਚਰ ਬਹੁਤ ਅੱਛੇ ਹੁੰਦੇ ਸੀ। ਟੀਚਰ ਮੇਰੇ ਮਤਲਬ ਮੈਨੂੰ ਜ਼ਿਆਦਾ ਪੜਾਉਂਦੇ ਹੁੰਦੇ ਸੀਗੇ। ਜੇ ਮੈਂ ਜਿਹੜੇ ਸਬਜੈਕਟ ਚ ਕਮਜ਼ੋਰ ਆ ਉਹ ਸਬਜੈਕਟ ਦੀ ਕਹਿੰਨਾ ਡਰਨਾ ਨਹੀਂ ਸੀ ਪੜਾਉਣਾ ਤੇ ਨੂੰ। ਅਸੀਂ ਤਿਆਰੀ ਕਰਾਣੀ। ਬਾਕੀ ਫਰੈਂਡ ਮੇਰੇ ਬਹੁਤ ਸੀਗੇ। ਤੇ ਅੱਗੋਂ ਹੁਣ ਸਟੱਡੀ ਬਾਰੇ ਸੋਚਿਆ ਤੁਸੀਂ ਕਿ ਅੱਗੋਂ ਕੁਝ ਕਰਨਾ ਚਾਹੁੰਦੇ ਹੋ? ਹ अच्छा ਤੁਸੀਂ ਪੀਏ ਕਰਦੇ ਹੋ ਹਾਂਜੀ ਐਸਡੀ ਕਾਲਜ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਲਾਈਫ ਦੇ ਵਿੱਚ ਕੀ ਸੋਚਿਆ ਕਿ ਅੱਗੇ ਕੀ ਕਰੋਗੇ ਕੰਪਿਊਟਰ ਵੀ ਕਰਦੀ ਪਈ ਆ ਮੈਂ ਅੱਛਾ ਜਿਵੇਂ ਮੈਂ ਦੱਸਦੀ ਹੱਟੇ ਕਿ ਮੈਂ ਬਿਮਾਰ ਹੋ ਗਈ ਸੀ ਥੋੜਾ ਤਾਂ ਰੁਕ ਗਿਆ ਤੇ ਟਾਈਪਿੰਗ ਪੰਜਾਬੀ ਜੋ ਟਾਈਪਿੰਗ ਕਰ ਲਈ ਹੋਈ ਬੇਸਿਕ ਕਰ ਲਿਆ ਐਕਸਲ ਕਰਦੀ ਪਈ ਸੀ ਕਿ ਮੈਨੂੰ ਅਟੈਕ ਆ ਗਿਆ ਠੀਕ ਤਾਂ ਉਹਦੀ وجہ ਨਾਲ ਫਿਰ ਬਹੁਤ ਦਿੱਕਤ ਆਈ ਹੈ ਬਹੁਤ ਜ਼ਿਆਦਾ